ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਮਨਿੰਦਰਜੀਤ ਸਿੰਘ ਜੀ ਬਿੱਟਾ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਦੇਸ਼ ਭਰ ਦੇ ਵੱਡੇ ਰਜੇਵਿਆਂ ਦੇ ਅੰਦਰੋਂ ਸਮਾਂ ਕੱਢ ਕੇ ਅੱਜ ਇੱਥੇ ਸਾਡੇ ਸਿੱਖਿਆ ਦੇ ਮਾਲਵੇ ਦੇ ਸਭ ਤੋਂ ਵੱਡੇ ਕੇਂਦਰ ਦੇ ਅੰਦਰ ਮੁੱਲਾ ਜੀਵਨ ਹੈ ਜਿਹੜਾ ਉਹ ਦੇਸ਼ ਦੀਆਂ ਉਹਨਾਂ ਵਿਸ਼ੇਸ਼ ਰੁਚੀਆਂ ਵੱਲ ਲਗਾਇਆ ਹੋਇਆ ਜਿੱਥੇ ਸਾਡੇ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਜਿੱਥੇ ਸਾਡੀ ਨਾਰੀ ਸ਼ਕਤੀ ਨੂੰ ਸਾਡੇ ਬਹਾਦਰ ਸੂਰਬੀਰ ਬਹਾਦਰਾਂ ਨੂੰ ਚਾਹੇ ਸਰਹੱਦ ਦੀ ਰਾਖੀ ਕਰ ਰਹੇ ਹੋਣ ਤੇ ਚਾਹੇ ਉਹ ਦੇਸ਼ ਦੇ ਕਿਸੇ ਹਿੱਸੇ ਦੀ ਮਨੁੱਖਤਾ ਪਰ ਬਲਾਕ ਸਮਿਤੀ ਮੈਂਬਰ ਸਰਪੰਚ ਕਲੱਬਾਂ ਦੇ ਪ੍ਰਧਾਨ ਧਾਰਮਿਕ ਸ਼ਖਸੀਅਤਾਂ ਔਰ ਸਿੱਖਿਆ ਖੇਤਰ ਦੇ ਨਾਲ ਸੰਬੰਧ ਰੱਖਣ ਵਾਲੀਆਂ ਬਹੁਤ ਪ੍ਰਸਿੱਧ ਹਸਤੀਆਂ ਮਾਨਯੋਗ ਮਨਿੰਦਰਜੀਤ ਸਿੰਘ ਬਿੱਟਾ ਜੀ ਆ ਨੂੰ ਜੀ ਆਇਆਂ ਕਹਿ ਰਹੇ ਨੇ ਜਦ ਐਵੇਂ ਚੋਟਾ ਤਾੜੀ ਦੇਈਏ ਆਪਾਂ ਉਹਨਾਂ ਦੀ ਮੌਜੂਦਗੀ ਦੇ ਦੌਰਾਨ ਉਹਨਾਂ ਦੇ ਨਾਲ ਨੇ ਸਾਡੇ ਪੰਜਾਬ ਦੇ ਬਹੁਤ ਸਤਿਕਾਰਯੋਗ ਡਾਕਟਰ ਰਮੇਸ਼ ਸ਼ਰਮਾ ਜੀ ਹਿਊਮਨ ਰਾਈਟਸ ਕੌਂਸਲ ਦੇ ਜਨਰਲ ਸਕੱਤਰ ਸ਼ਤੀਸ਼ ਸਿੰਗਲਾ ਜੀ ਪੰਜਾਬ ਦੇ ਪ੍ਰਧਾਨੀ ਹਿਊਮਨ ਕਮਿਸ਼ਨ ਦੇ ਡਾਕਟਰ ਸੋਮਨਾਥ ਮਹਿਤਾ ਜੀ ਜਿਹੜੇ ਸਿੱਖਿਆ ਖੇਤਰ ਦੀ ਬਹੁਤ ਵੱਡੀ ਤਾਕਤਵਰ ਇਸ ਸੰਸਥਾ ਦੇ ਅੰਡਰ ਜ਼ਿਲ੍ਹੇ ਮਾਨਸਾ ਦਾ ਬਹੁਤ ਵੱਡਾ ਗੌਰਵ ਨੇ ਜਿਨ੍ਹਾਂ ਨੇ ਹਿਮਾਚਲ ਤੋਂ ਰਾਜਸਥਾਨ ਚੋਂ ਸਾਡੇ ਕਰਨਾਟਕ ਤੋਂ ਹਿਮਾਚਲ ਤੋਂ ਬਹੁਤ ਪ੍ਰਸਿੱਧ ਇਹ ਬਿੱਟਾ ਰਹੇ ਹੋ ਇਹ ਬਹੁਤ ਭਾਗਾਂ ਵਾਲੇ ਤੇ ਪਵਿੱਤਰ ਫਲ ਨੇ ਜਿਨ੍ਹਾਂ ਦੇ ਅੰਦਰ ਅੱਜ ਸਾਡੇ ਇਲਾਕੇ ਦੀਆਂ ਸ਼ਖਸੀਅਤਾਂ ਇਹ ਸ਼ਹੀਦ ਪਰਿਵਾਰਾਂ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੂੰ ਇਹ ਦਿੱਲੀ ਦੇ ਕੇਂਦਰੀ ਪਿਆਰ ਦੇ ਨਾਲ ਸਨਮਾਨ ਦੇ ਕੇ ਨਵਾਜਦੇ ਹੈ ਇਹ ਇਲਾਕੇ ਦੇ ਲਈ ਸਾਡੇ ਜ਼ਿਲ੍ਹਾ ਮਾਨਸਾ ਦੇ ਲਈ ਸਾਰੀ ਸਿੱਖਿਆ ਜਗਤ ਨਾਲ ਜੁੜੀਆਂ ਹੋਈਆਂ ਪ੍ਰਸਿੱਧ ਹਸਤੀਆਂ ਦੇ ਲਈ ਸੋਮਨਾਥ ਮਹਿਤਾ ਸਾਹਿਬ ਆਪਣਾ ਡੇਰਾ ਖਾਲੀ ਕਰਦੀ ਹੈ ਜੀ ਦੇ ਅੰਦਰ 14/9/2017 ਨੂੰ ਇਹ ਸ਼ਹੀਦ ਹੋ ਗਏ ਸਨ ਉਹਨਾਂ ਦੀ ਪਵਿੱਤਰ ਯਾਦ ਦੇ ਅੰਦਰ ਹਰ ਸਾਲ ਇਹਨਾਂ ਦੇ ਨਗਰ ਅੰਦਰ ਵੀ ਨੌਜਵਾਨ ਵੱਖ ਵੱਖ ਕਲਾ ਦੇ ਸ਼ਹੀਦ ਦੇ ਦਿਹਾੜੇ ਨੂੰ ਮਨਾਉਂਦੇ ਆ ਅਸੀਂ ਉਹਨਾਂ ਦੇ ਸਨਮਾਨਯੋਗ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਦੇ ਹੈ ਉਹ ਕਿਰਪਾ ਕਰਕੇ ਮੰਚ ਤੇ ਆਉਣ ਮੈਂ ਬੇਨਤੀ ਕਰੂੰ ਡਾਕਟਰ ਸੋਮਨਾਥ ਜੀ ਮਹਿਤਾ ਸਾਹਿਬ ਉਹਨਾਂ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਕਾਕਾ ਜਨਰਲ ਸਕੱਤਰੀ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਸਤਿਕਾਰਯੋਗ ਪਿਤਾ ਜੀ ਮਾਤਾ ਜੀ ਤੁਹਾਡੀਆਂ ਲੋਰੀਆਂ ਦੇ ਨਾਲ ਤੁਹਾਡੇ ਉਹਦੀਆਂ ਅੱਖਾਂ ਚ ਪਾਏ ਸੁਰਮੇ ਤੇ ਉਹਦੇ ਸਕੂਲ ਵਿੱਚ ਉਂਗਲੀ ਫੜ ਕੇ ਤੋਰੇ ਹੋਏ ਬਚਪਨ ਦੇ ਯਾਦ ਪਲਾਂ ਤੋਂ ਲੈ ਕੇ ਦੇਸ਼ ਦੀ 1.25 ਕਰੋੜ ਭਾਰਤੀਆਂ ਦੀ ਮਹਿਬੂਬ ਧਰਤੀ ਨੂੰ ਸਿਮਰ ਦਿਆ ਉਸਨੇ ਦੇਸ਼ ਦੀ ਰਾਖੀ ਕਰਦਿਆਂ ਆਪਣਾ ਬਲੀਦਾਨ ਦਿੱਤਾ ਉਸ ਮਹਾਨ ਸ਼ਹੀਦਾਂ ਨੂੰ ਸਨਮਾਨਿਤ ਕਰਨੇ ਕਮਲਜੀਤ ਸਿੰਘ ਨੰਗਲ ਕਲਾਂ BSF ਪੁੱਤਰ ਨਵਦੀਪ ਸਿੰਘ ਪਤਨੀ ਕਰਮਜੀਤ ਕੌਰ ਜੰਮੂ ਕਸ਼ਮੀਰ ਕ੍ਰਿਸ਼ਨਾ ਘਾਟੀ ਦੇ ਵਿੱਚ ਉਹਨਾਂ ਨੂੰ 1/9/2017 ਨੂੰ ਉਹ ਸ਼ਹੀਦ ਹੋ ਗਏ ਰੌਣਕ ਦੇਸ਼ ਦੇ ਸਰਮਾਏ ਦੀ ਝੋਲੀ ਵਿੱਚ ਪਾਇਆ ਹੋਵੇ ਤੇ ਉਹਨਾਂ ਦੇ ਨਾਲ ਕਮਲਜੀਤ ਸਿੰਘ ਦੇਸ਼ ਦੇ ਅੰਦਰ 11/10/2016 ਨੂੰ ਇਹ ਨੌਜਵਾਨ ਮੰਤਰੀ ਪੰਮੇ ਕਲਾਂ ਦਾ ਸਾਰੇ ਸਬ ਡਿਵੀਜ਼ਨ ਸਰਦੂਲਗੜ੍ਹ ਔਰ ਜ਼ਿਲ੍ਹੇ ਦੇ ਹਰ ਸ਼ਹੀਦ ਦੇ ਪਰਿਵਾਰ ਦੇ ਨਾਲ ਮਾਨਯੋਗ ਮਨਿੰਦਰਜੀਤ ਸਿੰਘ ਬਿੱਟਾ ਉਹਨਾਂ ਦੇ ਆਪਣੇ ਗੱਲ ਦਾ ਨਿੱਘ ਦੇ ਰਹੇ ਨੇ ਮਨਪ੍ਰੀਤ ਸਿੰਘ ਪੰਮੇ ਕਲਾਂ ਮੰਚ ਤੇ ਆ ਗਏ ਜੀ ਕਸ਼ਵੀਰ ਸਿੰਘ ਨਾਇਕ ਸੂਬੇਦਾਰ ਵਾਸੀ ਗੋਹਾ ਪਿਤਾ ਸਰਦਾਰ ਤੇਜਾ ਸਿੰਘ ਮਾਤਾ ਮਲਕੀਤ ਕੌਰ ਜੀ ਪਟਨਾ ਨੌਜਵਾਨ ਖਿਡਾਰੀ ਇਹਨਾਂ ਦਾ ਪੁੱਤਰ ਸੀ ਗੋਹਾ ਤੋਂ ਕਸ਼ਵੀਰ ਸਿੰਘ ਆਜੋ ਜੀ ਆਜੋ ਆਜੋ ਫੌਲਦਾਰ ਮਹਿੰਦਰ ਸਿੰਘ CRPF ਪਤਨੀ ਜਸਵਿੰਦਰ ਕੌਰ ਜੀ ਪਿੰਡ ਸਪਾਲੀ ਗਾਤਾਨਾ ਸੈਡੇ ਵਾਲਾ ਮਹਾਰਾਸ਼ਟਰ ਕਾਜ ਚਲੋਣੇ
14 4 ਸੈਂਟੇ ਵਾਲਾ ਤੋਰੇ ਤੇ ਇਹਨਾਂ ਤੋਂ ਅਮਨਦੀਪ ਸਿੰਘ ਪਿੰਡ ਕੱਲੋ ਜ਼ਿਲ੍ਹਾ ਮਾਨਸਾ ਪਿਤਾ ਜੀ ਦਾ ਨਾਮ ਸਰਦਾਰ ਰੋਹਿਤ ਸਿੰਘ ਉਹਨਾਂ ਦੇ ਸਤਿਕਾਰਯੋਗ ਮਾਤਾ ਸੁਖਜੀਤ ਕੌਰ ਜੀ ਆ ਦੇਖੋ ਜੀ ਮੈਡਮ ਜੀ ਕੁਵਾੜਾ ਸੈਕਟਰ ਜੰਮੂ ਕਸ਼ਮੀਰ ਮੈਮ ਦੇਖੋ ਸਾਨੂੰ 7/3/2018 ਨੂੰ ਉਹ ਸਾਡੇ ਮੈਡਮ ਜੀ ਪਿੱਛੇ ਨੂੰ ਆਜੋ ਦੀ ਰਾਖੀ ਕਰ ਲਿਆ ਸ਼ਹੀਦੀ ਪ੍ਰਾਪਤ ਕੀਤੀ ਅਮਨਦੀਪ ਸਿੰਘ ਪਿੰਡ ਕੱਲੋ ਇਹ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਦੇ ਅੰਦਰ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਅੰਦਰ ਸ਼ਹੀਦ ਪਰਿਵਾਰਾਂ ਨੂੰ ਆਪਣੇ ਜੀਵ ਦੇ ਪਿਆਰ ਦਾ ਨਿੱਘ ਦੇ ਕੇ ਸਾਰੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਨੇ ਔਰ ਉਹਨਾਂ ਨੂੰ ਉਹਨਾਂ ਦੀ ਕੀਤੀ ਬਹਾਦਰੀ ਦੇ ਉੱਪਰ ਸਨਮਾਨ ਕਰਦੇ ਨੇ ਮਨਿੰਦਰਜੀਤ ਸਿੰਘ ਜੀ ਪਿਤਾ ਜੀ ਸੁਖਵਿੰਦਰ ਆਂਟੀ ਜੀ ਵੇਖੋ ਸਾਹਮਣੇ ਸਰ ਤੁਸੀਂ ਵੀ ਨਾਲ ਹਾਂਜੀ ਸਰ ਸਾਹਮਣੇ ਵੇਖ ਕੇ ਓਕੇ ਹਾਂਜੀ ਸਰ ਸਰ ਦੇਖੋ ਹਾਂਜੀ ਸਰ ਸਾਹਮਣੇ ਵੇਟਿੰਗ ਸਰ ਇਹ ਸਾਰੇ ਸ਼ਹੀਦ ਸਰ ਵੇਖਿਓ ਸਾਹਮਣੇ ਜਿਸ ਵਤਨ ਕੀ ਜ਼ਿੰਦਗੀ ਤੇਰੇ ਲਹੂ ਸੇ ਜਾਗ ਉੱਠੀ ਇਸ ਚਮਨ ਕੀ ਜ਼ਿੰਦਗੀ ਮੇਰੇ ਪੁਰਾਣੇ ਸਾਥੀ ਜੋ ਆਤੰਕਵਾਦ ਕੇ ਵਕਤ ਜਬ ਹਜ਼ਾਰੋ ਪਹਿਲੋ ਕੇ ਸੁਹਾਗ ਗੁਜ਼ਰ ਰਹੇ ਥੇ ਹਜ਼ਾਰੋ ਬੱਚੇ ਯਤੀਮ ਹੋ ਰਹੇ ਥੇ ਪੰਜਾਬ ਕੇ ਅੰਦਰ ਜਬ ਹਰ ਜਗ੍ਹਾ ਪੇ ਖੂਨ ਕੀ ਨਦੀਆਂ ਬਹਿਤੀ ਥੀ ਉਸ ਵਕਤ ਬਲਵਿੰਦਰ ਕਾਕਾ ਜੀ ਜੋ ਮੇਰੇ ਛੋਟੇ ਭਾਈ ਹੈ ਉਨਕੇ ਸਾਥ ਸ੍ਰੀ ਸੋਮਨਾਥ ਮਹਿਤਾ ਜੀ ਮੇਰੇ ਉਸ ਕਾਫਲੇ ਮੇਂ ਥੇ ਜਬ ਹਰ ਤਰਫ ਗੋਲੀਓ ਕੀ ਆਵਾਜ਼ ਆਤੀ ਥੀ ਆਜ ਉਹਨੇ ਮੁਝੇ ਯਹਾਂ ਬੁਲਾਇਆ ਮੈਂ ਆਭਾਰੀ ਹੂੰ ਔਰ ਉਨ ਬੱਚੋਂ ਕੇ ਲੀਏ ਜਿਨ ਬੱਚੋਂ ਕਾ ਆਨੇ ਵਾਲੇ ਵਕਤ ਕੇ ਅੰਦਰ ਇਸ ਰਾਸ਼ਟਰ ਕੇ ਨਿਰਮਾਣ ਕੇ ਲੀਏ ਰਾਸ਼ਟਰ ਕੀ ਰਕਸ਼ਾ ਕੇ ਲੀਏ ਪ੍ਰਥਮ ਰਾਸ਼ਟਰ ਕੇ ਲੀਏ ਔਰ ਭਾਰਤ ਮਾਤਾ ਕੀ ਆਜ਼ਾਦੀ ਕੀ ਰਕਸ਼ਾ ਕੇ ਲੀਏ ਸਮਾਜ ਕੀ ਸੇਵਾ ਕੇ ਲੀਏ ਕਹੀਂ ਨਾ ਕਹੀਂ ਯੋਗਦਾਨ ਹੋਗਾ ਉਨਕੇ ਲੀਏ ਮੈਂ ਯਹਾਂ ਪੇ ਆਇਆ ਪਰ ਅਭੀ ਜਬ ਮੈਂ ਸ਼ਹੀਦ ਪਰਿਵਾਰੋਂ ਖੁਦ ਕੋ ਬੱਚੋਂ ਕੋ ਦੇਖਾ ਤੋ ਆਪਣੇ ਪੁਰਾਣੇ ਦਿਨੋਂ ਕੀ ਯਾਦ ਆਈ ਕੌਣ ਦੇਖਦਾ ਹੈ ਇਨ ਪਰਿਵਾਰੋਂ ਕੋ ਬੱਚੋਂ ਕੋ ਸ਼ਹੀਦ ਹੋ ਜਾਤਾ ਹੈ ਜਵਾਨ ਰਾਸ਼ਟਰ ਕੇ ਲੀਏ ਆਪਕੇ ਲੀਏ ਮਾਤਰ ਭੂਮੀ ਕੀ ਆਜ਼ਾਦੀ ਕੀ ਸੇਵਾਓਂ ਕੀ ਰੱਖਾ ਕੇ ਲੀਏ ਪਰ ਜਵਾਨ ਜਬ ਘਰ ਸੇ ਨਿਕਲਤਾ ਹੈ ਤਾਂ ਮੌਤ ਕਾ ਕਫਨ ਬਾਂਧ ਕੇ ਨਿਕਲਤਾ ਹੈ ਔਰ ਜਾਣੇ ਕੇ ਵਕਤ ਆਪਣੀ ਮਾਤਾ ਆਪਣੇ ਪਿਤਾ ਆਪਣੇ ਬੱਚੇ ਆਪਣੀ ਪਤਨੀ ਕੋ ਦੇਖਦਾ ਹੈ ਔਰ ਉਸਕੇ ਮਨ ਮੇਂ ਇਹ ਜ਼ਰੂਰ ਹੋਤਾ ਹੈ ਮੈਂ ਜਾ ਰਹਾ ਹੂੰ ਮਾਤਰ ਭੂਮੀ ਕੀ ਸੇਵਾਓਂ ਕੀ ਰੱਖਾ ਕਰਨੇ ਕੇ ਲੀਏ ਮੈਂ ਵਾਪਸ ਲੌਟੂੰਗਾ ਜਾਂ ਨਹੀਂ ਲੌਟੂੰਗਾ ਜੇ ਮੁਝੇ ਮਾਲੂਮ ਨਹੀਂ ਜਾਂ ਹਿੰਦੂ ਮੁਸਲਿਮ ਸਿੱਖ ਇਸਾਈਓਂ ਕੇ ਖੂਨ ਸੇ ਤਿਰੰਗੇ ਝੰਡੇ ਮੇਂ ਕੁਛ ਸਮੇਂ ਕੇ ਬਾਅਦ ਲੱਥ ਪੱਥ ਮੇਰੀ ਬਾਡੀ ਮੇਰੇ ਬੱਚੋਂ ਮੇਰੀ ਪਤਨੀ ਮੇਰੇ ਮਾਤਾ ਪਿਤਾ ਕੇ ਸਾਹਮਣੇ ਆਏਗੀ
पर माता पिता को बच्चों को नहीं पता होता, वो यही सोच में रहते हैं हमारा पापा जल्दी फिर मिलने आएगा। माँ बाप कहते हमारा बच्चा मिलने आएगा, पत्नी कहती मेरा पति जल्दी वापस आएगा, पर कुछ समय के बाद फिर तो मातृभूमि की सेवाओं की, मातृभूमि की आजादी की रक्षा करता हुआ वो जवान शहादत का नाम पी जाता है और हिंदू मुस्लिम सिख ईसाइयों के खून के तिरंगे झंडे में खून से लथपथ बॉडी उनके परिवार के बच्चों के सामने आ जाती है। पर सबसे बड़ा दुख इस बात का है, शहादत का दुख नहीं, कुर्बानी देना कर्तव्य है, पर शहादत का अफसोस उस वक्त होता है जब कुछ दिनों के बाद इनको कोई टूटता नहीं है, जब बॉडी लथपथ खून से आती है उस संस्कार के लिए बड़े नारे लगते हैं, हम शर्मिंदा है, आपके कातिल जिंदा है, जब तक सूरज चांद रहेगा तब तक तेरा नाम रहेगा, ये नारे सुन सुन के हम थक गए, ये नारे एक दिखावा बन के रह गए, ये एक मजाक बन के रह गए। एक महीने के बाद उनके परिवार को नौकरी के लिए, को बच्चों के लिए, को अपनी पेंशन के लिए, को अपने पति के फंड के लिए, बच्चों को आगे शिक्षा देने के लिए इन लोगों को दलदल धक्के खाने पड़ते हैं, इनको कोई नहीं पूछता है। यह जिंदगी का कड़वा सच है। हम राजनीति तो करते हैं पर राजनीति का मतलब क्या है जो हम भूल जाते हैं। सबसे बड़ी शहादत, सबसे बड़ी कुर्बानी, सबसे बड़ी देश की रक्षा ये हमारे जवान मौत का कफन पहन करके लड़ते हैं, इनकी रक्षा करने वाला परिवारों की बात में कोई नहीं होता। जिंदगी का सफर गुजर जाता है, बच्चे कहां, परिवार कहां, और घर का मेन आदमी मातृभूमि के चरणों में स्वर्गों में चले जाता है अपनी सीमाओं की, अपनी मातृभूमि की रक्षा करता हुआ। कब तक हम जागेंगे, कब तक हमारे अंदर एक जोश आएगा, कब तक ये दिखावे चलते रहेंगे, शहीदों के नाम के ऊपर, वंदे मातरम भारत माता की जय के नाम के ऊपर दिखावे नहीं होने चाहिए। जो करना है हमें ऐसा एक कर्म करना चाहिए, वो शहादतें, वो कुर्बानियां, उनकी आत्मा को शांति मिले। कितना बड़ा दुख लगता है जब सुबह रोज आप अखबारों को पढ़ते हैं, जब असेंबली के अंदर एक दूसरे को किस तरीके से बुरा भला कहा जाता है, हमें पीड़ा होती, हमें दुख होता है। कितने साल हमारा पंजाब आतंकवाद की लड़ाई से हमारी राजनीतिक गलतियों के कारण पंजाब पीछे चला गया, बड़े बच्चों के फ्यूचर तबाह हो गए, पंजाब के अंदर हर चीज में रुकावट आ गई। कौन सा इसका जिम्मेदार कभी आपने सोचा? इसके जिम्मेदार हम राजनीतिक लोग, हमने कुर्सी और सत्ता की राजनीति की, हमने प्रथम राष्ट्र की राजनीति नहीं की, हमने इनके बच्चों इनके पत्नियों की तरह भारत माता की सीमाओं की रक्षा करने की राजनीति नहीं की, हमने तो सिर्फ वोट सत्ता की राजनीति की। क्या हुआ उसका अंजाम क्या हुआ? पंजाब के अंदर गोलियां, बम, बारूद, एक हफ्ता खेलता पंजाब, एक सोने की चिड़िया पंजाब, हमने राजनीतिक लोगों ने उसको तबाह करके कहा नष्ट किया। हमें याद है वो दिन जब किसी मां को ये नहीं पता होता था मेरा बेटा, मेरी बेटी घर से निकली है वापस आएगी या नहीं आएगी, आतंकवादियों की गोलियों का निशाना बन जाएगी। तब आतंकवादियों ने कहा था बिट्टा चुनाव लड़ेगा, बम्बों से उड़ा देंगे, जो वोट डालने जाएगा हाथ काट देंगे। हम चुनाव नहीं लड़ना चाहते थे, हमने आतंकवादियों के चैलेंज को कबूल किया, बहनों के सुहागों की रक्षा के लिए, पंजाब की अमन शांति की रक्षा के लिए हम चुनाव लड़ेंगे। हम लोग
लोकतंत्र लाएंगे, हमने मौत का कफन बांध के चुनाव लड़ा। चुनाव लड़ने के बाद अमन शांति लाए, और अमन शांति आज तक पंजाब के अंदर है, और उसके बाद अपने रास्ते को छोड़ के देश के कोने कोने में चले गए। हमने गंदी राजनीति नहीं की, हमने वो राजनीति की पंजाब की अमन शांति के लिए, बहनों के सुहागों की रक्षा के लिए, अपने बच्चों के फ्यूचर के लिए। पर उसके बाद क्या हुआ? क्या सरदार बेन सिंह और पॉलिटिकल पार्टियों के लोग जो शहीद हुए संत हरचंद सिंह लौंगोवाल, क्या उनकी शहादतों के बाद हम राजनीतिक लोगों ने नई जनरेशन के लिए, अपने बच्चों के लिए, उन बहनों के लिए वो फ्यूचर सोचा कि अमन शांति तो मिल गया, आतंकवाद की आग लगाने वाले भी हम लोग थे, हमने वोट और सत्ता की खातिर बर्बाद हिंदुस्तान की पॉलिटिकल पार्टियों ने क्या फिर अमन शांति की रक्षा की? नहीं। आज पंजाब की असेंबली गाली दे रहा है, अरे ऐसे पंजाब करने वाला नहीं है, ऐसे पंजाब की नौजवान पीढ़ी बचने वाली नहीं है। हमें सारी राजनीतिक पॉलिटिकल पार्टियों को एक मंच पे इकट्ठा होना होगा, हमें यह बताना होगा हमें ना वोट चाहिए ना सत्ता चाहिए, हमें कुर्सी चाहिए, हमें तो पंजाब के अपने बहनों के सुहागों की रक्षा, अपनी नई जनरेशन बच्चे जो शिक्षा लेंगे, इनको नौकरी मिले, इनको रोजगार मिले, ये आगे बढ़े और ये दुनिया के अंदर भारत माता का नाम ऊंचा करे। इन शब्दों के साथ मैं आपका शुक्रिया अदा करता हूँ। वंदे मातरम जय हिंद। ताड़ी होनी चाहिए है, साडा है कौम का, साडे खेड खेतर का सरमाया है, जिन्हां ते सानू मान है कि खेड खेतर ते गौरी हैगी, खालसा ही गेमां दी ते इंटर बरसी दी बहुत जबरदस्त खिलाड़ी है ये, अपने हैगी हबीब कौर, लगातार दो बार नैशनल खेडी, साडे मानसा का मान है जी, पंजाब का मान जो गुरिंदर जी बिट्टा साहब, ये इंडिया के नैशनल सिल्वर मैडल ने, इन्हों तो बाद पिंकी रमनदीप कौर खुशी जी पिंकी कमलदीप कौर जसबीर कौर जसबीर खुशप्रीत मनप्रीत मनदीप ये नैशनल खेडिया खिलाड़ना जल्दी बिट्टा साहब सोमनाथ मेहता जी का बहुत योगदान है बास्केटबाल दिलाड़ना से। इना तो बाद साडे नगर कौंसल के साबका प्रधान ने ते एंटी टेररिस्ट फ्रंट इंडिया के जनरल सकत्तर ने उन्होंने सारे प्रबंधकों वालों सम्मान दिता जाऊगा। पिंकी हुणे जे नैशनल खेड के आए ने जी, ते पंजाब से लड़की कैप्टन सी पंजाब की, छे भैणा तीन बास्केटबाल खेड दी है जी, बहुत बड़ी कृपा है सोमला जी अपने। इना तो बाद रोडवास के प्रधान ने जिले के श्याम लाल जी, वो कृपा करके मंच आओ, श्याम लाल जी रोड वंश के प्रेजिडेंट, श्याम लाल जी टीवी चैनल केबल टीवी दे ने जी, वो मंच के उपर आ जाओ। बाद कंबल लाल जी BAMS के परेशान पात्र ग्रुपा के थोड़ी प्रमुखता के दर्शन नजर आ रहे है, सारे प्रोफेसर साहबान सारे स्टूडेंट प्रिंसीपल जी। इन्हों तो बाद बलजिंदर कौर जी जेडे नर्सिंग के प्रिंसीपल ने बहुत अच्छी लियाकत के मालिक ने, इन्होंने भी असि सम्मानित करा रहे हैं, ते इन्हों के नाल ही समझौता करिए, अपने गजल भी लै लो, हिटलर लै लो, बाबर लाला दे दीवाने पंजाबी है। साहब साडे नर्सिंग कॉलेज ਸਾਡੇ ਭੀਖੀ ਦੇ ਸਰਦਾਰ ਲਾਲ ਸਿੰਘ ਜੀ ਉਹਨਾਂ ਦੇ ਨਾਲ ਗੁਰਦਰਸ਼ਨ ਸਿੰਘ ਜੀ ਸਾਈ ਪੰਜਾਬ ਪੁਲਿਸ, ਤੁਹਾਡਾ ਬਹੁਤ ਧੰਨਵਾਦ ਪੁਲਿਸ जो बहादरी का दलेरी का बेखौफता का निडरता का प्रतीक है।